सिविल अस्पताल पठानकोट में दवाई लेने आए मरीज मनजीत सिंह निवासी मराड़ा दीनानगर की मोटरसाइकिल चोरी हो गई। मनजीत सिंह ने बताया कि वो अपनी पत्नी के साथ दवाई लेने के लिए मोटरसाइकिल पर आया था। उन्होंने बाइक अस्पताल के अंदर बनी पार्किंग में खड़ी की, जिसकी बकायदा पार्किंग पर्ची भी कटवाई गई थी। लेकिन जब वो दवाई लेकर वापस बाइक लेने के लिए आया तो बाइक पार्किंग पर खड़ी नहीं मिली। इस संबंधी शिकायत थाना डिवीजन नंबर 2 में दर्ज करवाई गई है। मेरा नाम मनजीत सिंह है। कितों आए थे? मराड़ा पिंड दीनानगर। की काम आए थे सर? इतने दवाई लैन आए थे जी। की गल हुई थाने? गल ये भी अं आके पहले तो अं बाहर ला लगे मोटरसाइकिल, फिर अं क्या भी अंदर सेफ रहना मोटरसाइकिल, अं अंदर लाने हैं पर्ची कटाने। पर्ची कटाई मोटरसाइकिल की तो आप 10 मिनट मतलब अंदर गए हैं बाथरूम वगैरह, उधरों बाद अं जाके उ रसोई घर के नाल पार्किंग बह गए हैं मोटरसाइकिल ला के। तो उतो बाद फिर अं कोई अद्धा पौना घंटा उत्थे बैठे हैं, बहन तो बाद चो चले आप तो देखा उत्थे मोटरसाइकिल नहीं है। मोटरसाइकिल डिस्कवर है जी। की नंबर हैगा? 0836 है। ਕਿੱਥੇ ਰਹਿਣ ਵਾਲੇ ਹੋ ਤੁਸੀਂ? ਮੈਂ ਮਰਾੜਾ ਪਿੰਡ ਤਾਰਾ ਕਰੀ। ਕੰਪਲੇਨ ਕੀਤੀ ਹੈ ਪੁਲਿਸ ਨੇ? ਹਾਂ ਕੀਤੀ ਹੈ। ਕੀ ਕਹਿੰਦੇ ਪੁਲਿਸ ਵਾਲੇ? ਕਹਿੰਦੇ ਕੋਈ ਨਹੀਂ ਕਰਦੇ ਕਰਦੇ। ਐਸਐਮਓ ਸਾਹਿਬ ਨੂੰ ਮਿਲਿਆ, ਉਹਨਾਂ ਦਾ ਕੀ ਕਹਿਣਾ ਤੁਹਾਨੂੰ? ਉਹ ਕਹਿੰਦੇ ਵੀ ਉਹਨਾਂ ਨੇ ਭੇਜਿਆ ਸੀਗਾ ਗਏ ਸੀਗੇ ਆਪਾਂ ਕੋ, ਉਹਨਾਂ ਨੇ ਬੰਦਾ ਭੇਜਿਆ ਸੀਗਾ ਆਪਣਾ। ਠੀਕ ਹੈ। ਇਹਨਾਂ ਨੂੰ ਕੀਤਾ, ਉਹਨਾਂ ਨੇ 2 ਦਿਨ ਦਾ ਟਾਈਮ ਦਿੱਤਾ ਸਾਨੂੰ। ਹੋਸਪਿਟਲ ਕੀ ਕੰਮ ਕਰਾਉਣ ਆਏ ਜੀ? ਹੋਸਪਿਟਲ ਆਪਾਂ ਲਾ ਕੇ ਦਵਾਈ ਲੈਣ ਆਏ। ਪਰਚੀ ਕਟਾਈ ਹੋਈ ਇੱਥੇ ਜੀ? ਪਰਚੀ ਕਟਾਈ ਆ। ਪਰਚੀ ਵਾਲੇ ਕੀ ਕਹਿੰਦੇ? ਪਰਚੀ ਮੇਰੇ ਕੋਲ ਆ। ਕੀ ਕਹਿ ਰਹੇ ਪਰਚੀ ਵਾਲੇ? ਪਰਚੀ ਵਾਲੇ ਕਹਿੰਦੇ 2 ਦਿਨ ਦਾ ਟਾਈਮ ਦਿਓ ਸਾਨੂੰ, ਅਤੇ ਜੇਕਰ ਨਹੀਂ ਤਾਂ ਕੋਈ ਮੋਟਰਸਾਈਕਲ ਹੋ ਸਕਦਾ ਭੁਲੇਖੇ ਨਾਲ ਲੈ ਗਿਆ ਹੋਏ, ਜੇ ਨਹੀਂ ਆਇਆ ਤਾਂ ਫਿਰ ਅਸੀਂ ਆਪਣੀ ਕਾਰਵਾਈ ਕਰਾਂਗੇ। ਕੰਪਲੇਨ ਕੀਤੀ ਇਸ ਵੇਲੇ? ਹਾਂਜੀ, ਥਾਣੇ ਕੰਪਲੇਨ ਕੀਤੀ? ਥਾਣੇ ਕੀਤੀ। ਠੀਕ। ਮੇਰਾ ਨਾਮ ਭਾਅ ਜੀ ਜਤਿੰਦਰ ਕੁਮਾਰ। ਕਹਿਣਾ ਚਾਹੁੰਦੇ ਤਾਂ ਮੋਟਰਸਾਈਕਲ ਚੋਰੀ ਹੋਇਆ, ਪਰਚੀ ਵੀ ਕੱਟੀ ਜਾਂਦੀ ਹੈ, ਕੈਮਰੇ ਪਰਚੀ ਕੱਟੀ ਜਾਂਦੀ ਹੈ। ਹੁਣ ਇੱਥੇ ਕੈਮਰੇ ਕਹਿੰਦੇ ਵੀ ਇੱਥੇ ਕੈਮਰੇ ਨਹੀਂ ਹੈ, ਕੈਮਰਿਆਂ ਦਾ ਕੋਈ ਫਾਇਦਾ ਨਹੀਂ, ਮੋਟਰਸਾਈਕਲ ਰਸਤੇ ਇੱਧਰ ਹੈ, ਕੋਈ ਰਸਤਾ ਉੱਧਰ ਹੈ, ਕੋਈ 4-5 ਰਸਤੇ ਹੈ ਇੱਥੇ, ਮੋਟਰਸਾਈਕਲ ਜਿੱਧਰੋਂ ਮਰਜ਼ੀ ਲੈ ਸਕਦਾ। ਤਾਂ ਚਲੋ ਪਰਚੀ ਕੱਟਣ ਦਾ ਇਹ ਵੀ ਚਲੋ ਇਹਨਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਪਰਚੀ ਕਟਾਉਣ ਦੀ। ਅਤੇ ਬਾਕੀ 10-10 ਰੁਪਏ ਲੈਂਦੇ ਆ, ਹਰ ਇੱਕ ਬੰਦੇ ਰੋਕ ਕੇ ਲੈਂਦੇ ਆ, ਅਤੇ ਆਪਣੇ ਮਤਲਬ ਕਿ ਜ਼ਿੰਮੇਵਾਰੀ ਇਹਨਾਂ ਨੇ ਸਾਂਭੇ ਦੀ ਹੈ ਜਾਂ ਕਿੱਦਾਂ ਵੀ ਹੈਗਾ, ਕੁਛ ਨਾ ਕੁਛ ਹੁਣ ਇਹਨਾਂ ਨੂੰ ਕਰਨਾ ਚਾਹੀਦਾ। ਤਾਂ ਵੀ ਵਿਚਾਰਾ ਕੋਈ ਗਰੀਬ ਬੰਦਾ ਜਿਹਦਾ ਮੋਟਰਸਾਈਕਲ ਹੋ ਗਿਆ, ਹੁਣ ਮੈਂ ਵੀ ਆਪਣਾ ਮੋਟਰਸਾਈਕਲ 2-3 ਵਾਰੀ ਚੈੱਕ ਕਰ ਲਿਆ ਵੀ ਇਹ ਕਹਿੰਦੇ ਵੀ ਕੀ ਪਤਾ ਲਾਕ ਲੱਗਾ ਕਿ ਨਹੀਂ ਲੱਗਾ। ਹੁਣ ਕੋਈ ਵੀ ਬੰਦਾ ਕੋਈ ਮੋਟਰਸਾਈਕਲ ਲੈ ਕੇ ਆਇਆ ਘਰੋਂ, ਇਹਨਾਂ ਲਾ ਕੇ ਤਾਂ ਲਾ ਕੇ ਜਾਣਾ ਹੀ ਹੈ ਨਾ। ਬਾਕੀ ਵੈਸੇ ਵੀ ਤਾਂ ਲੋਕਾਂ ਨੂੰ ਪਤਾ ਵੀ ਚੋਰ ਚਕਾਰੀ ਬਹੁਤ ਹੈ ਜਾਂ ਕਿੱਦਾਂ ਵੀ ਹੈਗਾ, ਅੱਗੇ ਇਹਨਾਂ ਦੀ ਮਰਜ਼ੀ। ਠੀਕ ਹੈ ਨਹੀਂ, ਵੈਸੇ ਬੰਦੇ ਨੂੰ ਇਨਸਾਫ ਮਿਲਣਾ ਚਾਹੀਦਾ ਆ, ਅਸੀਂ ਦੇਖੀ ਜਾਂਦੇ। ਅਬ ਆਪਕੇ ਸ਼ਹਿਰ ਪਠਾਨਕੋਟ ਮੇਂ ਖੁੱਲ ਗਿਆ ਹੈ ਨੌਰਥ ਇੰਡੀਆਜ਼ ਫਸਟ ਕਰੂਜ਼ ਲਾਈਨ। नॉर्थ इंडिया का सबसे पहला और एकमात्र क्रूज शिप इंडस्ट्री से जुड़ा ट्रेनिंग इंस्टीट्यूट विद 100% प्लेसमेंट, PCSTI, इंस्टीट्यूट ऑफ होटल एंड क्रूज मैनेजमेंट पठानकोट। बेहतर व आधुनिक पसंद के लिए याद रखें रागी होम डेकोर, केयर ऑफ रागी डिस्ट्रीब्यूटर्स एंड प्रमोटर्स, वार्ड नंबर 11, नियर नोबेल्टी मॉल, ममून रोड, पठानकोट। कॉन्टेक्ट अस ऑन 9540066113।